ਸ਼੍ਰੀ ਦਰਬਾਰ ਸਾਹਿਬ ਪੰਜਾਂ ਤਖ਼ਤਾਂ ਵਿੱਚੋਂ ਇੱਕ ਤਖ਼ਤ ਜਿਸ ਦੀ ਉਸਾਰੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਅਤੇ ਜਿਸ ਦਾ ਨੀਂਹ ਪੱਥਰ ਗੁਰੂ ਜੀ ਨੇ ਇੱਕ ਮੁਸਲਮਾਨ ਫਕੀਰ ਸੰਤ ਮੀਆਂ ਮੀਰ ਤੋਂ ਰਖਵਾਇਆ ਸੀ। ਸ਼੍ਰੀ ਦਰਬਾਰ ਸਾਹਿਬ ਜੀ ਨੂੰ ਲੈ ਕੇ ਹਰ ਸਿੱਖ ਦੇ ਦਿਲ ਵਿੱਚ ਦਰਬਾਰ ਸਾਹਿਬ ਜੀ ਦੇ ਪ੍ਰਤੀ ਕਿੰਨਾ ਪਿਆਰ ਅਤੇ ਸਤਿਕਾਰ ਹੈ, ਇਸ ਗੱਲ ਨੂੰ ਅਸੀਂ ਭਲੀ ਭਾਂਤੀ ਜਾਣਦੇ ਹਾਂ। ਜਦੋਂ ਵੀ ਕਦੀ ਪੰਥ ਤੋਖੀਆਂ ਨੇ ਸਿੱਖ ਪੰਥ ਨੂੰ ਖਤਮ ਕਰਨ ਦੇ ਲਈ ਅਤੇ ਗੁਰਦੁਆਰੇ ਨੂੰ ਢਹਿ ਢੇਰੀ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਤਾਂ ਸਿੱਖ ਕੌਮ ਨੇ ਹਮੇਸ਼ਾ ਹੀ ਆਪਣੇ ਆਪ ਦੀ ਪਰਵਾਹ ਕੀਤੇ ਬਿਨਾਂ ਪੰਥ ਦੋਖੀਆਂ ਨਾਲ ਲੜਾਈਆਂ ਲੜੀਆਂ, ਜਿਸ ਦਾ ਸਿੱਖ ਪੰਥ ਨੂੰ ਕਈ ਵਾਰ ਬਹੁਤ ਨੁਕਸਾਨ ਵੀ ਹੋਇਆ। ਪਰ ਪਰਮਾਤਮਾ ਦੇਖਦਾ ਹੈ ਆਪਣੇ ਸਿੱਖਾਂ ਦਾ ਗੁਰੂ ਦੇ ਪ੍ਰਤੀ ਪਿਆਰ ਅਤੇ ਸਿੱਖ ਪੰਥ ਦੇ ਕਹਿਰ ਢਾਉਣ ਵਾਲੇ ਪੰਥ ਦੋਖੀਆਂ ਦੇ ਜ਼ੁਲਮਾਂ ਨੂੰ, ਅੱਜ ਨਹੀਂ ਤੇ ਕੱਲ੍ਹ ਜ਼ਾਲਮਾਂ ਨੂੰ ਉਹਨਾਂ ਦੇ ਜ਼ੁਲਮਾਂ ਦੀ ਸਜ਼ਾ ਜ਼ਰੂਰ ਮਿਲਦੀ ਹੈ। ਅਜਿਹੀ ਹੀ ਇੱਕ ਘਟਨਾ ਲੈ ਕੇ ਆਏ ਹਾਂ ਸ਼੍ਰੀ ਦਰਬਾਰ ਸਾਹਿਬ ਜੀ ਦੀ। ਦਰਬਾਰ ਸਾਹਿਬ ਜੀ 'ਤੇ ਹਮਲਾ ਕਰਨ ਵਾਲਾ ਜਾਂ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਹਰ ਜ਼ਾਲਮ 153 ਦਿਨਾਂ ਦੇ ਬਾਅਦ ਮਰ ਜਾਂਦਾ ਹੈ। 3 ਅਗਸਤ ਸਨ 1740 ਈਸਵੀ ਨੂੰ ਮੱਸਾ ਰੰਗੜ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਅਤੇ ਕੰਜਰੀਆਂ ਨਚਾਈਆਂ। 2 ਜਨਵਰੀ 1741 ਈਸਵੀ ਨੂੰ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਮੱਸਾ ਰੰਗੜ ਦਾ ਸਿਰ ਵੱਢ ਕੇ ਇਸ ਦਾ ਬਦਲਾ ਲਿਆ। 13 ਨਵੰਬਰ 1746 ਈਸਵੀ ਨੂੰ ਜਹੀਆ ਖਾਨ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਅਤੇ ਸਿੰਘਾਂ ਨੇ 13 ਅਪ੍ਰੈਲ 1747 ਈਸਵੀ ਨੂੰ ਉਸ ਪਾਪੀ ਨੂੰ ਮਾਰ ਮੁਕਾਇਆ। ਇਸ ਪਾਪੀ ਦਾ ਵੀ 153 ਦਿਨਾਂ ਤੋਂ ਜ਼ਿਆਦਾ ਜੀਵਣਾ ਨਹੀਂ ਹੋਇਆ। ਜਹੀਆ ਖਾਨ ਤੋਂ ਬਾਅਦ ਨਾਮ ਆਉਂਦਾ ਹੈ ਜਹਾਨ ਖਾਨ ਦਾ। 18 ਜਨਵਰੀ ਸੰਨ 1751 ਈਸਵੀ ਨੂੰ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਅਤੇ 19 ਜੂਨ 1757 ਈਸਵੀ ਨੂੰ ਭਾਈ ਦਇਆ ਸਿੰਘ, ਭਾਈ ਲਹਿਣਾ ਸਿੰਘ ਨੇ ਇਸ ਦੀ ਜ਼ਿੰਦਗੀ ਦਾ 153 ਦਿਨਾਂ ਦੇ ਵਿੱਚ ਅੰਤ ਕਰ ਦਿੱਤਾ। 4ਥਾ ਹਮਲਾ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ। ਇੱਥੇ ਬੜੀ ਹੀ ਰੌਚਕ ਗੱਲ ਹੈ, ਅਬਦਾਲੀ ਦੇ ਮੌਤ ਨਾਲ ਜਦੋਂ ਅਬਦਾਲੀ ਹਮਲਾ ਕਰਨ ਆਇਆ ਤਾਂ ਉਸ ਦੇ ਇੱਕ ਇੱਟ ਵੱਜੀ। ਇਹ ਨਹੀਂ ਪਤਾ ਲੱਗ ਪਾਇਆ ਕਿ ਉਹ ਇੱਟ ਉਸ ਦੇ ਕਿਵੇਂ ਵੱਜੀ। ਬਹੁਤ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਗੁਰਦੁਆਰੇ ਦੀ ਇਮਾਰਤ ਵਿੱਚੋਂ ਇੱਟ ਨਿਕਲ ਕੇ ਉਸ ਦੇ ਵੱਜੀ। 5 ਫਰਵਰੀ 1762 ਈਸਵੀ ਨੂੰ ਦਰਬਾਰ ਸਾਹਿਬ ਜੀ 'ਤੇ ਹਮਲਾ ਕੀਤਾ ਅਤੇ 8 ਜੁਲਾਈ 1762 ਈਸਵੀ ਵਿੱਚ ਉਸ ਦੀ ਇਹ ਇੱਟ ਦੀ ਮਾਰ ਕਾਰਨ ਮੌਤ ਹੋ ਗਈ। ਪੰਜਾਬ ਦਾ ਕਾਲਾ ਦੌਰ ਸੰਨ 1984 ਨੂੰ ਪੰਜਾਬ ਦਾ ਬੱਚਾ ਬੱਚਾ ਵੀ ਜਾਣਦਾ ਹੈ, ਜਦੋਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1 ਜੂਨ 1984 ਨੂੰ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਅਤੇ ਭਾਈ ਦਇਆ ਸਿੰਘ ਅਤੇ ਭਾਈ ਸਤਵੰਤ ਸਿੰਘ ਅਤੇ ਭਾਈ ਕਹਿਰ ਸਿੰਘ ਨੇ 13 ਅਕਤੂਬਰ 1984 ਨੂੰ ਇੰਦਰਾ ਗਾਂਧੀ 'ਤੇ ਗੋਲੀਆਂ ਮਾਰ ਕੇ ਉਸ ਨੂੰ ਖਤਮ ਕਰਕੇ ਉਸ ਕੋਲ ਦਰਬਾਰ ਸਾਹਿਬ ਜੀ 'ਤੇ ਹਮਲਾ ਕਰਨ ਦਾ ਬਦਲਾ ਲਿਆ। 1 ਜੂਨ 1984 ਤੋਂ 31 ਅਕਤੂਬਰ 1984 ਦੇ ਦਿਨ ਗਏ ਜਾਣ 153 ਦਿਨ ਬਣਦੇ ਹਨ। ਇਸ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਜੋ ਵੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਆਉਂਦਾ ਹੈ ਉਹ 153 ਦਿਨ ਜਾਂ 5 ਮਹੀਨਿਆਂ ਤੋਂ ਵੱਧ ਜਿਉਂਦਾ ਨਹੀਂ ਰਹਿ ਪਾਉਂਦਾ। ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲਿਆਂ ਦੀ 153 ਦਿਨ ਵਿੱਚ ਹੀ ਕਿਉਂ ਮੌਤ ਹੋ ਜਾਂਦੀ ਹੈ ਅਤੇ ਦਰਬਾਰ ਸਾਹਿਬ ਜੀ 'ਤੇ 5 ਵਾਰ ਹਮਲਾ ਅਤੇ ਬੇਅਦਬੀ ਕਿਉਂ ਹੋਈ ਅਤੇ ਕੀ ਆਉਣ ਵਾਲੇ ਸਮੇਂ ਵਿੱਚ ਵੀ ਦਰਬਾਰ ਸਾਹਿਬ 'ਤੇ
ਹਮਲਾ ਹੋ ਸਕਦਾ ਹੈ। ਇਸ ਬਾਰੇ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ। ਸਾਡੇ ਚੈਨਲ ਗੁਰਬਾਣੀ ਕਥਾ ਨੂੰ ਸਬਸਕ੍ਰਾਈਬ ਕਰਕੇ ਸਾਡੇ ਚੈਨਲ ਦੀ ਹਰ ਵੀਡੀਓ ਨੂੰ ਸਭ ਤੋਂ ਪਹਿਲਾਂ ਸੁਣੋ ਜੀ, ਅਤੇ ਕਮੈਂਟ ਕਰਕੇ ਆਪਣੇ ਵਿਚਾਰ ਪੇਸ਼ ਕਰੋ। ਤੁਹਾਨੂੰ ਕੀ ਲੱਗਦਾ ਹੈ ਕਿ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ 153 ਦਿਨ ਵਿੱਚ ਹੀ ਕਿਉਂ ਮਰਦੇ ਹਨ?